ਨਾਮ ਬੋਲੋ ਰਜਿੰਦਰ। ਹੁਣ ਆਪਣੇ ਕੰਮਾਂ ਲਈ ਦਰ ਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ, ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ। ਇਹ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ। ਜੀ ਹਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪੰਜਾਬ ਭਰ 'ਚ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ 'ਚ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ, ਜਿਸ ਦੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ। ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦ ਕਰਨਾ ਚਾਹਾਂਗਾ। ਇੱਕੇ ਛੱਤ ਥੱਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਹਾਂ, ਇਹਦੇ ਵਾਸਤੇ ਮੈਂ CM ਸਾਹਿਬ ਦਾ ਧੰਨਵਾਦ ਕਰੂੰਗਾ। ਮੇਰੇ ਨਾਲ ADC ਮੈਡਮ ਜੀਵਨ ਜੋਤੀ ਬਾਲਾ ਜੀ, ਨਾਲ ਸਾਡੇ ਵਿਸ਼ਵਾਸ ਕੁਮਾਰ ਜੀ SDM ਅੰਮ੍ਰਿਤਸਰ, ਅਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ। ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰ੍ਹਾ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਰਕਾਰ ਆਪਦੇ ਦੁਆਰ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ, ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ। ਰਜਿੰਦਰ ਦੱਸੋ ਕੀ ਕਹਿਣਾ ਚਾਹੁੰਦੇ ਹੋ? ਬੱਕਰੀਆਂ ਤੁਹਾਡਾ ਤੇਂਦੂਆ ਲੈ ਗਿਆ ਚੁੱਕ ਕੇ, ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਡਰ ਬਹੁਤ ਹੈ, ਇੱਥੇ ਨਾਲ ਤੇ ਲੈ ਜਾਂਦਾ ਚੱਕ ਕੇ। ਅਸੀਂ ਤਿੰਨ ਤਿੰਨ ਚਾਰ ਚਾਰ ਜਣੇ ਹੁੰਦੇ ਇਕੱਠੇ ਬੱਕਰੀਆਂ ਚਾਰਦੇ, ਵਿੱਚ ਤੇ ਲੈ ਜਾਂਦਾ ਜਿਹਦੇ ਚੱਕ ਕੇ, ਪਤਾ ਵੀ ਨਹੀਂ ਲੱਗਣ ਦਿੰਦਾ ਹੈ। ਮਾੜਾ ਜਿਹਾ ਲੱਗਿਆ ਪਤਾ, ਪਰ ਜ਼ਿਆਦਾ ਨਹੀਂ ਲੱਗਿਆ ਹੈਗਾ। ਹਾਂਜੀ, ਜਿਹੜਾ 23 ਤਰੀਕ ਚੱਕਿਆ ਉਹਦਾ ਪਤਾ ਲੱਗ ਗਿਆ ਤਾਂ ਸਾਨੂੰ। ਹਾਂਜੀ, ਉਹ 6-7 ਫੁੱਟ ਦਾ ਤਾਂ ਜਿਹੜਾ 23 ਤਰੀਕ ਨੂੰ ਚੱਕਿਆ ਜੀ ਨਾ ਸਾਡੀ ਬੱਕਰੀ। ਹਾਂਜੀ, ਕੱਲ੍ਹ ਵਾਲੇ ਦਾ ਨਹੀਂ ਇੰਨਾ ਪਤਾ ਲੱਗਿਆ ਹੈਗਾ। ਹਾਂਜੀ, ਬੱਚਿਆਂ ਦਾ ਡਰ ਹੈ, ਸਾਰੀ ਰਾਤ ਲਾਈਟ ਵਾਲ ਕੇ ਰੱਖੀ ਅਸੀਂ, ਇੱਥੇ ਬਾਹਰ ਸੁੱਤੇ ਵੇ ਤੇ ਬੱਚੇ ਅੰਦਰ ਸੁੱਤੇ ਤੇ, ਫਿਰ ਹੁਣ ਡਰ ਤਾਂ ਹੈਗਾ। ਹੁਣ ਰੱਖੇ ਵੀ ਜਾਣ ਪਰ ਤਾਂ ਹੁਣ ਸਾਂਭ ਸੂੰਭ ਤਾਂ ਕਰਨੀ ਪੈਣੀ, ਚਾਰਨੀ ਤਾਂ ਪੈਣੀ ਹੈ ਜੀ ਕਿਤੇ। ਮੇਰੀ ਇੱਕ 23 ਤਰੀਕ ਨੂੰ ਬੱਕਰੀ ਖਾਧੀ ਹੈ ਜੀ ਰੋਡ ਦੇ ਕੰਢੇ ਤੇ। ਅੱਜ ਤਾਂ ਮੇਰੇ ਘਰ ਦੇ ਵਿੱਚੋਂ ਹੀ, ਕੱਲ੍ਹ ਬੱਕਰੀ ਮੇਰੇ ਘਰ ਦੇ ਵਿੱਚੋਂ ਸ਼ਾਮੀ 7:15 ਵਜੇ ਮੇਰੇ ਬਾਥਰੂਮ ਦੇ ਕੋਲ ਤੇ ਬੱਕਰੀ ਚੁੱਕ ਕੇ ਲੈ ਗਿਆ। ਫਿਰ ਅੱਗੇ ਜਾ ਕੇ ਤਾੜਾ ਤੂੜਾ ਅਸੀਂ ਮਾਰੀਆਂ, ਰੌਲਾ ਰੌਲਾ ਪਾਇਆ, ਤਾਂ ਫਿਰ ਉਹ ਛੱਡ ਕੇ ਚੱਲ ਗਿਆ ਜੀ। ਤਾਂ ਬੱਕਰੀ ਇਸ ਵੇਲੇ ਮੇਰੇ ਕੋਲ ਹੈ। ਤਾਂ ਹੁਣ ਮੈਂ ਇਹੀ ਸਰ ਇਹਨਾਂ 'ਤੇ ਚਾਹੁੰਦਾ ਵੀ ਮੈਨੂੰ ਕੁਛ ਮਿਲ ਜਾਵੇ। ਕੰਮ ਕੀ ਕਰਦੇ? ਮੈਂ ਦਿਹਾੜੀ ਤੂੜੀ ਕਰਦਾ ਤਾ ਜੀ, ਹੁਣ ਮੈਨੂੰ 7 ਸਾਲ ਹੋ ਗਏ ਜੀ, ਮੇਰਾ ਕੈਂਸਰ ਹੋ ਗਿਆ ਤਾ ਜੀ। ਕੈਂਸਰ ਦੇ ਬਾਅਦ ਮੈਂ ਫਿਰ ਦਿਹਾੜੀ ਤੂੜੀ ਕਰਨੀ ਛੱਡਤੀ, ਵੀ ਮੈਨੂੰ ਨਾ ਦਿੱਤੀ ਡਾਕਟਰ ਨੇ ਵੀ ਸਿਰਫ ਵਜਨ ਨਹੀਂ ਚੱਕਣਾ। ਬਾਕੀ ਮੇਰਾ ਇਹੀ ਬਿਜ਼ਨਸ ਹੈ, ਹੁਣ ਚਲਾਇਆ ਵਾ ਆਪਣਾ ਰੋਟੀ ਰਾਗ ਆਪਣਾ। ਹਾਂਜੀ, ਕਿੰਨੀਆਂ ਬੱਕਰੀਆਂ ਸਾਡੇ ਕੋਲ? ਬੱਕਰੀਆਂ ਮੇਰੇ ਕੋਲ 5-6 ਬੱਕਰੀਆਂ ਹੈ ਜੀ, ਤਾਂ ਬਾਕੀ ਛੇਲੂ ਹੈ ਜੀ। ਹਾਂਜੀ, ਮਤਲਬ ਤੁਹਾਡਾ ਰੋਜ਼ਗਾਰ ਦਾ ਇਹੀ ਕੰਮ? ਇਹੀ ਕੰਮ ਹੈ ਜੀ ਮੇਰਾ ਰੋਜ਼ਗਾਰ ਦਾ। ਮੈਂ ਦਿਹਾੜੀ ਨਹੀਂ ਕਰ ਸਕਦਾ, ਤਾਂ ਨਾ ਮੈਨੂੰ ਡਾਕਟਰ ਨੇ ਨਾ ਦਿੱਤੀ ਵੀ। ਤੁਹਾਨੂੰ ਮਹਿਕਮੇ ਨੇ ਇੱਕ ਆਸ਼ਵਾਸਨ ਦਿਲਾਇਆ ਕਿ ਹਾਂ ਵੀ ਕੋਈ ਮੁਆਵਜ਼ਾ ਦਿਲਾਉਣਗੇ? ਹਾਂਜੀ, ਇਹਨਾਂ ਨੇ ਪਹਿਲਾਂ ਵੀ ਮੇਰਾ ਇੱਕ ਚੱਕਿਆ ਤਾ ਜੀ ਤੰਦੂਏ ਨੇ, ਤਾਂ ਇਹਨੇ ਬਹੁਤ ਮਦਦ ਕਰਕੇ ਮੈਨੂੰ ਸਹਾਇਤਾ ਕੀਤੀ ਮੇਰੀ ਹੈਗੀ। ਮੈਨੂੰ ਜੋ ਵੀ ਮਜ਼ਾਕ ਮਿਲਣਾ ਚਾਹੀਦਾ ਤਾਂ ਮੈਨੂੰ ਮਿਲਿਆ ਜੀ। ਹਾਂਜੀ, ਬਹੁਤ ਵਧੀਆ ਕੰਮ ਕਰ ਰਿਹਾ, ਉੱਦਾਂ ਨਹੀਂ ਹੈ ਜੀ, ਬਹੁਤ ਵਧੀਆ ਕੰਮ ਕਰ ਰਿਹਾ ਹੈ। ਹਾਂਜੀ, ਵਿਭਾਗ ਪੂਰੀ ਮਤੈਸ਼ੀ ਦੇ ਨਾਲ ਕਾਰਵਾਈ ਕਰ ਰਿਹਾ ਜੀ, ਪੂਰੀ ਜੱਦੋ ਜਹਿਦ ਨਾਲ ਮਹਿਕਮਾ ਆਪਣੀ
ਕਾਰਵਾਈ ਕਰ ਰਿਹਾ ਜੀ, ਘੁੰਮ ਫਿਰ ਰਿਹਾ ਹੈ ਤਾਂ ਕਿ ਤੇਂਦੂਏ ਨੂੰ ਫੜਿਆ ਜਾਵੇ, ਕਿਉਂਕਿ ਹਿਮਾਚਲ ਵੀ ਨਾਲ ਲੱਗਦਾ ਹੈ, ਉੱਧਰੋਂ ਵੀ ਤੇਂਦੂਆ ਘੁੰਮ ਕੇ ਇੱਧਰ ਜੰਗਲ 'ਚ ਆ ਜਾਂਦਾ, ਜੰਗਲ ਕਾਫੀ ਵੱਡਾ ਜੰਗਲ ਹੋਣ ਕਰਕੇ ਇਹ ਤਾਂ ਪਤਾ ਨਹੀਂ ਹਜੇ ਚੱਲ ਰਿਹਾ ਵੀ ਕਿਹੜੀ ਥਾਂ 'ਤੇ ਅਟੈਕ ਕਰ ਰਿਹਾ ਜਨ। ਅਸੀਂ ਹੁਣ ਇੱਥੇ ਪਿੰਜਰਾ ਲਗਾ ਰਹੇ ਹਾਂ ਜੀ, ਪਹਿਲਾਂ ਵੀ ਇੱਥੋਂ ਖਬਰ ਆਈ ਸੀਗੀ ਤੇਂਦੂਏ ਦੀ, ਤੇਂਦੂਆ ਇੱਥੇ ਫਿਰ ਅਸੀਂ ਨਾਲ ਦੇ ਪਿੰਡ ਤਲਵਾੜੇ ਪਿੰਜਰਾ ਲਾਇਆ ਵਾ ਅਤੇ ਇੱਕ ਪਿੰਜਰਾ ਇੱਥੇ ਲਗਾਵਾਂਗੇ ਹੁਣ। ਅਤੇ ਸਰ ਜਿਹੜਾ ਬੰਦੇ ਦਾ ਗਰੀਬ ਬੰਦਾ ਨੁਕਸਾਨ ਹੋ ਗਿਆ, ਮਹਿਕਮਾ ਕੋਈ ਭਰਪਾਈ ਵਾਸਤੇ ਵੀ ਕਾਰਵਾਈ ਕਰੂਗਾ? ਬਿਲਕੁਲ ਜੀ, ਇਹਦਾ ਪੋਸਟਮਾਰਟਮ ਕਰਵਾ ਕੇ ਬੱਕਰੀ ਦਾ ਇਹਦਾ ਮੁਆਵਜ਼ੇ ਲਈ ਅਸੀਂ ਅੱਗੇ ਭੇਜਾਂਗੇ ਉੱਚ ਅਧਿਕਾਰੀਆਂ ਨੂੰ, ਉੱਚ ਅਧਿਕਾਰੀਆਂ ਤੋਂ ਪਾਸ ਹੋ ਕੇ ਫਿਰ ਆ ਜਾਏਗਾ, ਇਹਨਾਂ ਨੂੰ ਮੁਆਵਜ਼ਾ ਮਿਲ ਜਾਏਗਾ। ਸਰ ਲੱਗਦਾ ਕਿ ਜਿਹੜਾ ਤੇਂਦੂਏ ਦਾ ਹੀ ਸ਼ਿਕਾਰ ਕੀਤਾ ਗਿਆ, ਤੇਂਦੂ ਨੇ ਕੀਤਾ ਇਹਦਾ, ਕੀ ਲੱਗਦਾ ਤੁਹਾਨੂੰ? ਹਾਂ ਬਿਲਕੁਲ, ਤੇਂਦੂਏ ਦਾ ਹੀ ਸ਼ਿਕਾਰ ਹੋਇਆ ਹੈ ਬੱਚਾ ਜੀ, ਤੇਂਦੂਏ ਨੇ ਕੀਤਾ। ਹਾਂਜੀ, ਤੇਂਦੂਆ ਲੱਗਦਾ ਕਿ ਪੂਰਾ ਭਰ ਜਵਾਨੀ ਚ ਹੋਊਗਾ ਜਾਂ ਬੱਚਾ ਲੱਗਦਾ ਕਿ ਕੀ ਲੱਗਦਾ? ਤੇਂਦੂਆ ਫਿਲਹਾਲ ਤਾਂ ਬੱਚਾ ਹੀ ਲੱਗਦਾ ਜੀ, ਕਿਉਂਕਿ ਅਸੀਂ ਤਾਂ ਖੁਦ ਦੇਖਿਆ ਨਹੀਂ ਹੈਗਾ, ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਬੱਚਾ ਹੀ ਹੈ ਹਜੇ ਤੇਂਦੂਆ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।